ਗੁਰਦਾਸਪੁਰ ਦੇ ਪਿੰਡ ਜੋੜਾ 17 ਚ ਪੁਰਾਣੀ ਰੰਜਸ ਦੇ ਚਲਦੇ ਤਿੰਨ ਸਕੇ ਭਰਾਵਾਂ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਦੇ ਹੀ ਤਿੰਨ ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਵਿਚ ਅੱਜ ਜੇਰੇ ਇਲਾਜ ਅਸ਼ੋਕ ਕੁਮਾਰ ਨਾਮਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋਹ ਵੱਧ ਗਿਆ ਤੇ ਉਨ੍ਹਾਂ ਵੱਲੋਂ ਪਠਾਨਕੋਟ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਆਰੋਪ ਹੈ ਕਿ ਪੁਲਿਸ ਆਰੋਪੀਆਂ ਵਿੱਚੋਂ ਕੁਝ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਚੌਂਕੀ ਇੰਚਾਰਜ ਤੇ ਸਮੇਂ ਰਹਿੰਦੇ ਕਾਰਵਾਈ ਨਾ ਕਰਨ ਦੇ ਵੀ ਆਰੋਪ ਲੱਗੇ ਹਨ। ਉਧਰ ਮੌਕੇ ਤੇ ਪਹੁੰਚੇ DSP ਦੇਵਦੱਤ ਸ਼ਰਮਾ ਨੇ ਸਾਰੇ ਦੋਸ਼ੀਆਂ ਤੇ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਧਰਨੇ ਨੂੰ ਸਮਾਪਤ ਕਰਵਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਜਾਂਚ ਤੋਂ ਬਾਅਦ ਅਗਰ ਚੌਂਕੀ ਇੰਚਾਰਜ ਦਾ ਕੋਈ ਦੋਸ਼ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਭਰਾ ਤੇ ਭਨੇਵਾ ਤਾਂ ਅਸੀਂ ਜੋ ਮੇਲਾ ਵੇਖ ਕੇ ਸਟੇਡੀਅਮ ਤੇ ਕਬੱਡੀ ਵੇਖ ਕੇ ਘਰ ਨੂੰ ਆ ਰਹੇ ਸੀ, ਅੱਗੇ ਅਵਤਾਰ ਸਿੰਘ ਹੋਣੀ ਤੇ ਲਾਡੀ ਤੇ ਮੰਨੀ ਤੇ ਉਹ ਤਿੰਨੇ ਭਰਾ ਦਲੀਪ ਸਿੰਘ ਦੇ ਬੇਟੇ ਤੇ ਉਹ ਖਲੋਤੇ ਮਸ਼ਵਰਾ ਬਣਾ ਕੇ ਜਦੋਂ ਅੱਗੇ ਅਸੀਂ ਗਏ ਹਾਂ ਤੇ ਕਹਿੰਦੇ ਵੀ ਅਸ਼ੋਕ ਕੁਮਾਰ ਤੇ ਇਹਨਾਂ ਵੇਖ ਲਾਂ, ਅਸ਼ੋਕ ਕੁਮਾਰ ਕਹਿੰਦਾ ਕੀ ਵੇਖਣਾ ਮੈਂ ਤੇ ਜੋ ਕਿ ਇਹਨਾਂ ਨੇ ਜਕਦਾਂ ਵੀ ਕਿਰਚਾਂ ਦੇ ਬਾਹਰ ਕਰਤੇ ਅਸ਼ੋਕ ਕੁਮਾਰ ਦੇ ਤੇ ਜਾਨੋ ਮਾਰਨ ਦੀ ਪੂਰੀ ਕੋਸ਼ਿਸ਼ ਕਰਤੀ, ਫਿਰ ਉਹਨੂੰ ਚੁੱਕ ਕੇ ਸਿਵਲ ਹੋਸਪਿਟਲ ਆਣ ਕੇ ਦਾਖਲ ਕਰਵਾਇਆ ਆਣ ਕੇ ਤੇ ਕੋਈ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੁੰਦੀ। ਅਸੀਂ 5-6 ਦਿਨ ਹਰਤੇਜ ਹੋਸਪਿਟਲ ਵੀ ਰਹੇ ਹਾਂ, ਉੱਥੋਂ ਤੱਕ ਕਿਸੇ ਨੇ ਸਾਡੀ ਕਾਰਵਾਈ ਨਹੀਂ ਕੀਤੀ, ਕਿਸੇ ਨੇ ਸੁਣਵਾਈ ਨਹੀਂ। ਅੱਜ ਮੇਰਾ ਭਰਾ ਮਰਿਆ ਤੇ ਉਹਦੇ ਮਰਨ 'ਤੇ ਫੇਰ NFIR ਦਰਜ ਕੀਤੀ ਆ। ਸਾਡੀ ਪ੍ਰਸ਼ਾਸਨ ਕਰੀ ਇਹੋ ਮੰਗ ਸਾਡੀ, ਸਾਨੂੰ ਸਾਫ ਦਿੱਤਾ ਜਾਏ। ਮਰਡਰ ਹੋਇਆ ਸੀਗਾ ਜੋੜੇ, ਕੁਛ ਨੌਜਵਾਨਾਂ ਨੇ ਕਿਸੇ ਬੰਦੇ ਦਾ ਮਰਡਰ ਕੀਤਾ ਸੀਗਾ, ਅੱਜ ਉਹਦੀ ਮੌਤ ਹੋ ਗਈ ਹੈ ਸਵੇਰੇ। FIR ਦਰਜ 302 'ਚ ਕਰਤੀ ਹੈ, ਜਿਹੜੇ ਨਾਮਜ਼ਦ ਦੋਸ਼ੀ ਆ ਜਲਦੀ ਤੋਂ ਜਲਦੀ ਅਰੈਸਟ ਕੀਤੇ ਜਾਣਗੇ। ਲੋਕਾਂ ਧਰਨਾ ਲਾਇਆ, ਕੀ ਮੰਗ ਹੈ ਇਹਨਾਂ ਦੀ? ਮੰਗ ਇਹ ਸੀਗਾ ਕਿ ਜਿਹੜਾ ASI ਉਹਨੇ ਸਹੀ ਕੰਮ ਨਹੀਂ ਕੀਤਾ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੋ, ਜੋ ਡਿਸਿਪਲਨਰੀ ਐਕਸ਼ਨ ਲਿਆ ਜਾਵੇ। ਉਹ ਅਸੀਂ ਡਿਸਿਪਲਨਰੀ ਐਕਸ਼ਨ ਨਹੀਂ, ਉਹਦੇ ਇਮੀ ਲੈ ਰਹੇ ਹਾਂ ਜਲਦੀ। 6 ਬੰਦੇ ਫਿਲਹਾਲ। ਹੁਣ ਦੇਖਣਾ ਇਹ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਪੁਲਿਸ ਇਨਸਾਫ ਦਿਵਾ ਪਾਉਂਦੀ ਹੈ ਜਾਂ ਨਹੀਂ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ, ਇੰਡੀਆ ਲਿੰਕ।